ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਸ਼ੀਆਈ ਖੇਡਾਂ ਵਿੱਚ ਸ਼ੂਟਿੰਗ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਅਤੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਖਿਡਾਰਨ ਸਿਮਰਤ ਕੌਰ ਸਮਰਾ ਦੇ ਫਰੀਦਕੋਟ ਵਿਖੇ ਪੁੱਜਣ 'ਤੇ ਫਰੀਦਕੋਟ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੂੰ ਗੱਡੀ ਵਿੱਚ ਬਿਠਾ ਕੇ ਘੰਟਾ ਘਰ ਫਰੀਦਕੋਟ ਤੋਂ ਲੈ ਕੇ ਬਾਜ਼ਾਰ ਵਿੱਚ ਹੁੰਦੇ ਹੋਏ ਟਿੱਲਾ ਬਾਬਾ ਫਰੀਦ ਵਿਖੇ ਪਹੁੰਚੇ ਜੀ। ਇਸ ਅਸਥਾਨ 'ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਸਨਮਾਨ ਕੀਤਾ। ਸਮਰਾ ਨੇ ਆਪਣੇ MBBS ਦੀ ਪੜ੍ਹਾਈ ਦੀ ਛੱਡ ਕੇ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣਾ ਚੰਗਾ ਸਮਝਿਆ ਅਤੇ ਇਸ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਵਰਲਡ ਰਿਕਾਰਡ ਕੀਤਾ ਅਤੇ ਹੋਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਿੱਥੇ ਬੱਚੇ ਆਪਣੇ ਜੀਵਨ ਵਿੱਚ ਪੜ੍ਹਾਈ ਕਰਦੇ ਹਨ ਉੱਥੇ ਉਹਨਾਂ ਨੂੰ ਖੇਡ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਅੱਗੇ ਚੱਲ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਗਣਪਤੀ ਜੂਨੀਅਰ ਜੀ ਵੱਲੋਂ ਸਰ ਬਹੁਤ ਸਿਫਤ ਨੂੰ ਦਿੱਤਾ ਜੀ। ਇਹ ਜੈਨੀ ਬਹੁਤ ਸਤਾਨ ਆ, ਇਹਨਾਂ ਨੇ ਖਾਣਾ ਨਹੀਂ। ਡਿਸਟ੍ਰਿਕਟ ਸਪੋਰਟਸ ਅਫਸਰ ਫਰੀਦਕੋਟ ਸਰ, ਅੱਜ ਸਿਫਤ ਕੌਰ ਸਮਰਾ ਦਾ ਸਮੂਹ ਨਗਰ ਨਿਵਾਸੀਆਂ ਵੱਲੋਂ ਉਹਨਾਂ ਦੀ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤਣ ਦੀ ਖੁਸ਼ੀ ਦੇ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਜੀ। ਸਮੂਹ ਨਗਰ ਨਿਵਾਸੀਆਂ ਵੱਲੋਂ ਉਹਨਾਂ ਨੂੰ ਬਹੁਤ ਮਾਣ ਸਨਮਾਨ ਦਿੱਤਾ ਗਿਆ, ਸਾਰੇ ਵਪਾਰੀ ਵਰਗ ਵੱਲੋਂ, ਸਾਰੇ ਦੋਸਤਾਂ ਮਿੱਤਰਾਂ ਵੱਲੋਂ, ਸਾਰੇ ਸਮੂਹ ਖੇਡ ਪ੍ਰੇਮੀਆਂ ਵੱਲੋਂ ਅਤੇ ਪਤਵੰਤੇ ਸੱਜਣਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ। ਸੋ ਮੈਂ ਇਸ ਗੱਲ 'ਤੇ ਸਾਰੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਸਵਾਗਤ ਕਰਦਾ ਜੀ। ਬਹੁਤ ਬਹੁਤ ਸ਼ੁਕਰਗੁਜ਼ਾਰ ਜੀ ਤੁਹਾਡੇ ਸਾਰਿਆਂ ਦਾ। ਹਾਂਜੀ 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 ਆਪਣੇ ਸ਼ੁਕਰੀਆ ਜੀ।
काफ़ी वधिया लग रहा है ते काफ़ी प्राउड फीलिंग आ रही है कि सारे ने इन्ना प्यार दिता ते सारे उन्हें इन्नी खुशी का मौका दिता मैं तो काफ़ी ज़्यादा वधिया लग रहा है। ओलंपिक हजे टाइम है अपने को हजे महीने पे है तो हजे जेडे इस साल मैच आप कर लिए पहला खत्म। मेरे तो पेरेंट्स ने खुद स्टडी छड़वा के गेम करवाई है ता करके दूसरे नु अगर मेरे पेरेंट्स ये स्टेप ले सकते हैं तो बाकी दे भी ले सकते हैं जो उन्होंने बच्चे जो चीज पसंद है तो जरूर करना चाहिए। थैंक यू। हाँ जी की कहना आज सम्राट जी आए सानू बड़ा मान है आज साड़ी धी से साड़े फरीदकोट की धी से जी एशिया अपना रिकॉर्ड बना के आई है वर्ल्ड रिकॉर्ड बनाया नाल एशिया गोल्ड कप जीते है सानू फरीदकोट के इतने पहुँचन से सारी धी का बहुत बहुत धन्यवाद है। इतने मत्था टेक गुरु साहब का आशीर्वाद लैन आई है जित प्राप्त करके धन्यवाद करना आई है। मैं गुरु साहब अगर यही अरदास करते हैं ओलंपिक भी यह अपना अवार्ड लैके आए तो होर भी प्राप्तियां करे सा फरीदकोट बाफी जी का नाम रोशन करे वर्ल्ड। पेरेंट्स नूं भी बेनती करांगा कि अपने बच्चों खेडां विच पाउण ताकि अपने नशियां तो दूर रह के पढ़ाई विच रह के ते अपना ते गेमां विच भाग लैके इस तरह इस कुड़ी तो सब सिक्ख्या लैके सारे संसार दे विच अपना नाम कमाउण।